असी बैठे हुए हैं जीरे दे विच ते साडे नाल बैठे हुए ने साबका अकाली ते जीरे दे टकसाली जिहड़े अकाली उन्हां परिवार दे सरप्रस्त जिहड़े इस वक्त ने अवतार सिंह जीरा जी जिहड़े साडे नाल बैठे हुए ने। इन्हां दे नाल गलबात करांगे क्योंकि जिहड़ी जीरे दी सीट आ काफ़ी हॉटस्पॉट बन चुकी आ। जीरे दे विच जनमेजा सिंह सेखों ते होर भी काफ़ी जिहड़े झाड़ू दा जिक्र करिए तो उहदे विच भी काफ़ी जोर लग रिहा वा ते कांग्रेस दे विच भी काफ़ी जोर लग रहा। जीरे दे विच जिहड़ी स्थिति आ उह जिहड़ी राजनीतिक स्थिति आ उह काफ़ी गुंझलदार बनी हुई आ ते इन्हां दे उत्ते भी काफ़ी विरोधियों वल्लों कुछ इल्जाम लगाए गए सन। उन्हां सवालों के जवाब लैण लई अज इन्हां दे कोल असीं पहुंचे आ। इन्हां दे नाल गलबात करदे आ ते गलबात शुरू करन तों पहलां सारिआं नूं मैं सति श्री अकाल कहणा। ਹਾਂਜੀ ਜੀਰਾ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਸੀਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ, ਉਹਦੇ ਪੱਕੇ ਉਹ ਲੜੋਗੇ ਇਲੈਕਸ਼ਨ? ਸਭ ਤੋਂ ਪਹਿਲਾਂ ਤਾਂ ਮੈਂ ਤਪਦਾ ਸੱਚ ਨਿਊਜ਼ ਚੈਨਲ ਦੇ ਸਰੋਤਿਆਂ ਨੂੰ ਜਿੱਥੇ ਜਿੱਥੇ ਬੈਠੇ ਦੇਸ਼ਾਂ ਦੇ ਵਿੱਚ ਵੇਖ ਰਿਹਾ ਸੁਣ ਰਿਹਾ ਸਾਰਿਆਂ ਦਾ ਮੈਂ ਆਪਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਰੱਖੋ। ਦੂਜਾ, ਤੁਸੀਂ ਬਰਾਣਾ ਸਾਹਿਬ ਸਵਾਲ ਕੀਤਾ ਇਲੈਕਸ਼ਨ ਦਾ। ਇਲੈਕਸ਼ਨ ਜਿਸ ਦਿਨ ਤੋਂ ਹਲਚਲ ਸ਼ੁਰੂ ਹੋਈ ਅਤੇ ਸਾਡੇ ਕੋਈ ਜ਼ਿੰਮੇਵਾਰ ਸੱਜਣ ਉੱਥੇ ਆਉਂਦੇ ਵੀ ਆਪਾਂ ਇਲੈਕਸ਼ਨ ਹਰ ਹਾਲਤ ਲੜਨਾ, ਵਿੱਚੋਂ ਇੱਕ ਸੱਜਣ ਨੇ ਕਿਹਾ ਵੀ ਆਪਾਂ ਬਾਬੇ ਬੁੱਢੇ ਸਾਹਿਬ ਜਾ ਕੇ ਸਹੁੰ ਪਾ ਕੇ ਆਈਏ। ਅਸੀਂ ਉਹਦੇ ਬਾਬੇ ਬੁੱਢੇ ਸਾਹਿਬ ਜਾ ਕੇ ਨਮਸਕਾਰ ਕੀਤਾ, ਅਰਦਾਸ ਬੇਨਤੀ ਕੀਤੀ। ਉਸ ਵੇਲੇ ਇਹ ਫੈਸਲਾ ਹੋ ਗਿਆ ਸੀ ਵੀ ਇਲੈਕਸ਼ਨ ਜਿਹੜਾ ਜੇ ਪਾਰਟੀ ਟਿਕਟ ਦਿੰਦੀ ਆ ਤਾਂ ਉਹਦੀ ਮਿਹਰਬਾਨੀ, ਕਿਉਂਕਿ ਸਾਨੂੰ ਪਰਸੋਵਾਂ ਦਾ ਪਤਾ ਲੱਗ ਗਿਆ ਸੀ। ਜੇ ਨਹੀਂ ਟਿਕਟ ਦਿੰਦੀ ਤਾਂ ਸਾਰੇ ਨਾਲ ਦੇ ਸਾਥੀਆਂ ਫੈਸਲਾ ਕੀਤਾ ਸੀ, ਅਰਦਾਸ ਬੇਨਤੀ ਕੀਤੀ ਸੀ ਇਲੈਕਸ਼ਨ ਲੜਨ। ਜੇ ਸਰ ਤੁਸੀਂ ਗੱਲ ਕੀਤੀ ਆ ਕਿ ਤੁਹਾਡੇ ਨਾਲ ਦੇ ਸਾਥੀਆਂ ਨੇ ਬਾਬਾ ਬੁੱਢਾ ਸਾਹਿਬ ਜਾ ਕੇ ਸਹੁੰ ਖਾਧੀ, ਉਹਦੇ ਵਿੱਚੋਂ ਕੁਛ ਬੰਦੇ ਜਿਹੜੇ ਸਹੁੰ ਖਾਧੇ ਸੀ ਤੁਹਾਡੇ ਬੰਦੇ ਜਿਹੜੇ ਉਹ ਇਸ ਵਕਤ ਸਿੱਖੋ ਸਾਹਿਬ ਦੇ ਨਾਲ ਚਲੇ ਗਏ ਨੇ ਤੇ ਉਹ ਤੇ ਇਹ ਵੀ ਕਹਿ ਰਹੇ ਨੇ ਕਿ ਅਸੀਂ ਆਪਣੇ ਸਟੈਂਡ ਤੇ ਖੜੇ ਹਾਂ, ਅਸੀਂ ਪਾਰਟੀ ਦੇ ਵਿੱਚ ਹੀ ਖੜੇ ਹਾਂ, ਤੇ ਤੁਸੀਂ ਪਾਰਟੀ ਤੋਂ ਬਾਹਰ ਹੋ ਕੇ ਕਿਵੇਂ ਵੇਖਦੇ ਹੋ? ਵੀ ਸਹੁੰ ਅਸੀਂ ਇਸ ਗੱਲ ਦੀ ਪਾਈ ਸੀ ਜੀ ਵੀ ਭਾਵੇਂ ਦੋ ਤਿੰਨ ਜਾਣੇ ਚਲੇ ਗਏ ਆ, ਇਹਨਾਂ ਲੋਕਾਂ ਨੇ 10 ਸਾਲ ਚੇਅਰਮੈਨੀਆਂ ਤੱਕ ਪੂਰੇ ਆਨੰਦ ਮਾਣੇ। ਫੈਸਲਾ ਇਹ ਹੋਇਆ ਸੀ ਵੀ ਜਿਹੜੇ ਜਿਵੇਂ ਵੀ ਇਲੈਕਸ਼ਨ ਲੜੋਗੇ ਵੀ ਅਕਾਲੀ ਦਲ, ਅਕਾਲੀ ਦਲ ਦੇ ਸਾਨੂੰ ਰੌਲਾ ਕੋਈ ਗੌਲਾ ਸਾਡਾ ਨਾਮ ਦਾ ਤਾਂ ਇਹ ਗੁਰਦੁਆਰਾ ਸਾਹਿਬ ਲੈਣ ਕੀ ਜਾਣਾ ਸੀ। ਜੇ ਆਪਾਂ ਭੱਜਣ ਦੀ ਗੱਲ ਕਰੀਏ, ਭੱਜਣ ਨੂੰ ਤਾਂ ਵੇਖੋ ਜੀ ਅੱਜ ਕੱਲ੍ਹ ਦੁਨੀਆ ਜਿਹੜੀ ਹੈ ਉਹ ਲਾਲਚ ਵੱਸ ਪੈ ਕੇ ਕੋਈ ਵੀ ਜਾ ਸਕਦਾ, ਹਰ ਇੱਕ ਆਦਮੀ ਦੀ ਆਪਦੀ ਆਪਦੀ ਸੋਚ ਹੁੰਦੀ ਹੈ। ਅਸੀਂ ਕਿਸੇ ਨੂੰ ਵੀ ਇਹ ਕਹਿਣਾ ਵੀ ਕਿਉਂ ਗਿਆ, ਉਹਦਾ ਫੈਸਲਾ ਆਪੇ ਲੋਕ ਕਰਨਗੇ। ਪਤਾ ਹੁੰਦਾ ਇੱਥੇ ਬੰਦਾ ਕੋਈ ਪੰਚਾਇਤ ਦੇ ਵਿੱਚ ਗੱਲ ਕਰਕੇ ਮੁੱਕਰ ਜੇ ਨਾ, ਲੋਕ ਉਸ ਗੱਲ ਦਾ ਬੁਰਾ ਮਨਾਉਂਦੇ ਆ, ਉਸ ਨੂੰ ਦੁਆਰਾ ਕਹਿੰਦੇ ਵੀ ਇਹ ਤਾਂ ਪੰਚਾਇਤ ਦੇ ਵਿੱਚ ਬਹਿਣ ਦੇ ਕਾਬਲ ਨਹੀਂ। ਅਤੇ ਜਿਹੜਾ ਗੁਰੂ ਤੋਂ ਬੇਮੁੱਖ ਹੋਇਆ ਉਹਦੇ ਅਸੀਂ ਕੁਛ ਨਹੀਂ ਕਹਿਣਾ, ਉਹ ਸੰਗਤ ਆਪੇ। ਬਾਕੀ ਜਿਹੜਾ ਮੇਰਾ ਫੈਸਲਾ ਹੈ ਉਹ ਮੈਂ ਤੁਹਾਨੂੰ ਅੱਜ ਵੀ ਕਹਿਣਾ ਵੀ ਹਰ ਹਾਲਤ ਇਲੈਕਸ਼ਨ ਮੈਂ ਲੜਨਾ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਕਿਉਂ ਮੈਂ ਅੰਮ੍ਰਿਤਾ ਦੀ ਬੰਦਾ ਹਾਂ, ਗੁਰੂ ਦਾ ਸਿੱਖ ਹਾਂ, 50 ਸਾਲ ਸੇਵਾ ਕੀਤੀ ਆ ਮੈਂ ਅਤੇ ਮੇਰੇ ਬਾਪ ਨੇ ਹਲਕੇ। ਇਕੱਲੇ ਇਕੱਲੇ ਅਸੀਂ ਨੌਜਵਾਨ ਨੂੰ ਬਜ਼ੁਰਗ ਨੂੰ ਸਾਰਿਆਂ ਨੂੰ ਜਾਣਦੇ ਹਾਂ, ਕੋਈ ਕਸਰ ਨਹੀਂ ਛੱਡੀ ਕੰਮ ਕਰਨ ਵਾਲੀ। ਇਹਨਾਂ ਦੇ ਜਾਣ ਦੇ ਨਾਲ ਇਹ ਨਹੀਂ ਹੁੰਦਾ ਜੇ ਕੋਈ ਚਲੇ ਜਾਂਦੇ ਤਾਂ ਸਾਰਾ ਹਲਕਾ ਹੀ ਇਹਨਾਂ ਨਾਲ ਚਲਿਆ ਜਾਂਦਾ। ਸਾਡਾ ਲੋਕਾਂ ਦਾ ਪਿਆਰ ਆ, ਕੁਛ ਹਰ ਸਾਰਿਆਂ ਬੰਦਿਆਂ ਦੀਆਂ ਜ਼ਮੀਰਾਂ ਦੀ ਮਰੀਆਂ ਹੁੰਦੀਆਂ। ਜਦੋਂ ਤੁਸੀਂ ਗੱਲ ਕਰ ਰਹੇ ਹੋ ਇਲੈਕਸ਼ਨ ਲੜਨ ਦੀ, ਪਰ ਜਿਹੜੇ ਵਿਰੋਧੀ ਆ ਉਹਨਾਂ ਵੱਲੋਂ ਇੱਕ ਗੱਲ ਜਿਹੜੀ ਹਲਕੇ ਦੇ ਵਿੱਚ ਫੈਲੀ ਹੋਈ ਆ ਕਿ ਜਿਹੜੇ ਅਵਤਾਰ ਸਿੰਘ ਜੀਰਾ ਵਾ ਉਹ ਆਪਣੇ ਜਿਹੜੇ ਮੇਨ ਮੇਨ ਬੰਦੇ ਆ ਉਹਨਾਂ ਨੂੰ ਕਾਂਗਰਸ ਦੇ ਵਿੱਚ ਮਤਲਬ ਕਿ ਕੁਲਬੀਰ ਸਿੰਘ ਜੀਰਾ ਦੇ ਨਾਲ ਰਲਾ ਰਹੇ ਨੇ। ਇਹ ਜਿਹੜਾ ਪ੍ਰਚਾਰ ਆ ਨਾ ਜੀ, ਇਹ ਜਿਹੜੇ ਸਾਡੇ ਬੰਦੇ ਇੱਧਰੋਂ ਗਏ ਆ ਜਾਂ ਜਿਹੜਾ ਸਾਡਾ ਵਿਰੋਧੀ ਵੀ ਜਾਂ ਇੱਥੇ ਜਿਹੜਾ ਉਮੀਦਵਾਰ ਆਇਆ ਜਨਮੇਜਾ ਸਿੰਘ ਸੇਖੋਂ, ਉਹ ਹੀ ਫੈਲਾ ਗਿਆ। ਜਿਹੜੇ ਬੰਦੇ ਗਏ ਆ ਉਹ ਇਹ ਸਾਬਤ ਕਰ ਦੇਣ ਵੀ ਅਵਤਾਰ ਸਿੰਘ ਜੀਰਾ ਨੇ ਸਾਨੂੰ ਕਿਹਾ ਵੀ ਉਹਨੂੰ ਵੋਟਾਂ ਪਾਓ, ਅਤੇ ਜੋ ਤੁਸੀਂ ਕਹੋਗੇ ਮੈਂ ਉਹਦਾ ਹਰਜਾਨਾ ਪਾਊਂਗਾ, ਪਹਿਲੀ ਗੱਲ। ਦੂਜੀ ਗੱਲ, ਜਦੋਂ ਮੈਂ ਆਪ ਇਲੈਕਸ਼ਨ ਲੜਨਾ, ਜਿਹੜਾ ਬੰਦਾ ਆਪ ਇਲੈਕਸ਼ਨ ਲੜਦਾ ਹੋਊਗਾ ਉਹ ਕਿਵੇਂ ਕਹਿ ਸਕਦਾ, ਉਹਦੀ ਜ਼ਮੀਰ ਕਿਵੇਂ ਲੋਕ ਕਰ ਸਕਦੀ ਵੀ ਇਹਨਾਂ ਬੰਦੇ ਨੂੰ ਵੋਟ ਪਾ?
ਜਨਮੇਜਾ ਸਿੰਘ ਸਿੱਖੋ ਨੇ ਵੀ ਤੁਹਾਡੇ ਤੇ ਤਾਂ ਜੀ ਕੱਸਿਆ ਸੀ, ਅਸੀਂ ਪੁੱਛਿਆ ਸੀ ਸਵਾਲ ਉਹਨਾਂ ਨੂੰ ਕਿ ਅਰਦਾਸ ਸਿੰਘ ਜੀਰਾ ਦਾ ਟਕਸਾਲੀ ਪਰਿਵਾਰ ਸੀ, ਲੰਮੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਸੀ, ਉਹਨਾਂ ਦੇ ਟੁੱਟਣ ਨਾਲ ਤੁਹਾਡਾ ਕੋਈ ਫਰਕ ਪੈਂਦਾ? ਤਾਂ ਉਹਨਾਂ ਦਾ ਕਹਿਣਾ ਸੀ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਸਾਨੂੰ, ਉਹਨਾਂ ਦਾ ਕੋਈ ਕੋਈ ਫਰਕ ਨਹੀਂ ਪੈ ਰਿਹਾ, ਕਿਵੇਂ ਦੇਖਦੇ ਤੁਸੀਂ? ਚਲੋ ਜੀ, ਇਹ ਤਾਂ ਸਮਾਂ ਦੱਸੂਗਾ, ਅਸੀਂ ਸਮਝ ਵੋਟਰ ਦੱਸਣਗੇ। ਕੋਈ ਇੱਕ ਬੰਦੇ ਨੇ 50 ਸਾਲ ਹਲਕੇ ਦੀ ਸੇਵਾ ਕੀਤੀ, ਤਕਰੀਬਨ 82 ਤੋਂ ਮੈਂ ਇਨਵੋਲਵ ਹਾਂ ਵਿੱਚ। ਮੇਰੇ ਫਾਦਰ ਸਾਹਿਬ 1977 ਦੇ ਵਿੱਚ ਪਹਿਲੀ ਵਾਰ ਐਮਐਲਏ ਬਣੇ ਸੀ, ਅਤੇ ਸਾਰਾ ਜਿੰਨਾ ਪੰਜਾਬ ਦੇ ਵਿੱਚ ਅੱਤਵਾਦ ਦਾ ਸੰਤਾਪ ਕਹਿ ਲਓ ਵੀ ਜਦੋਂ ਤੋਂ ਸ਼ੁਰੂ ਹੋ ਗਿਆ 1981-82 'ਚ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ, ਅਤੇ ਬੇਅੰਤ ਸਿੰਘ ਦੀ ਸਰਕਾਰ ਤੱਕ 15 ਸਾਲ ਸਾਰੇ ਪੰਜਾਬ ਵਿੱਚ ਸੰਤਾਪ ਹੋ ਗਿਆ। ਅਤੇ ਸਰਦਾਰ ਜਨਮੇਜਾ ਸਿੰਘ ਸੇਖੋਂ ਤਾਂ ਉਸ ਵੇਲੇ ਜਦੋਂ ਇਹ ਸੰਤਾਪ ਹੋ ਗਿਆ ਤੇ ਸਾਈਆਂ ਵਾਲੇ ਦਾ ਪੀਏ ਹੁੰਦਾ ਸੀ, ਤੇ ਲੰਬਰੇਟੇ ਸਕੂਟਰ ਤੇ ਬਾਰੇ ਵਾਲੇ ਆ ਕੇ ਲਾਹਣ ਪੀ ਕੇ ਆਉਂਦਾ ਹੁੰਦਾ ਸੀ, ਲੰਬਰੇਟੇ ਸਕੂਟਰ ਤੇ ਜਾਂਦਾ ਸੀ ਉਹਨਾਂ ਵੇਲਿਆਂ ਦੇ ਵਿੱਚ। ਅਸੀਂ ਤਾਂ ਸਾਰਿਆਂ ਸੰਤਾਪ ਹੋ ਗਿਆ। ਫਿਰ ਇਹ ਕੰਟੈਕਟ 'ਚ ਆ ਗਿਆ ਸਰਦਾਰ ਗੁਰਦਾਸ ਸਿੰਘ ਬਾਦਲ ਦੇ, ਇਹਨਾਂ ਦਾ ਕੰਮ ਸੀ ਇੱਥੋਂ ਕੋਈ ਨਾ ਕੋਈ ਬੰਦਾ ਫੜਨਾ, ਉਹਦੇ ਨਾਲ ਜੂਆ ਖੇਡਣ ਦੇ ਯਾਸ਼ੀਆਂ ਕਰਨੀਆਂ। ਸਾਡੇ ਬਾਪ ਨੇ ਐਮਰਜੈਂਸੀ ਤੋਂ ਲੈ ਕੇ, ਉਦੋਂ ਪਹਿਲਾਂ 1971 ਤੋਂ ਲੈ ਕੇ ਸੰਤ ਫਤਿਹ ਸਿੰਘ ਹੋਣਾ ਮੋਰਚੇ ਤੋਂ ਲੈ ਕੇ, ਕੋਈ ਐਸਾ ਮੋਰਚਾ ਨਹੀਂ ਜਿਹੜੇ ਮੋਰਚੇ ਦੇ ਵਿੱਚ ਜਥੇ ਦੀ ਅਗਵਾਈ ਕਰਕੇ ਲੈ ਕੇ ਗਿਆ, ਨਾਲ ਸੰਗਤ ਲੈ ਕੇ ਗਏ। ਇਹ ਉਦੋਂ ਉਸ ਵੇਲੇ ਯਾਸ਼ੀਆਂ ਕਰਦੇ ਸੀ। 1977 ਦੇ ਵਿੱਚ ਤੋਂ ਲੈ ਕੇ 1997 'ਚ ਪਹਿਲਾਂ ਇਲੈਕਸ਼ਨ ਲੜਿਆ, ਉਸੇ ਸਾਜਿਸ਼ ਦੇ ਤਹਿਤ ਮੇਰੇ ਬਾਪ ਦੀ ਵੀ ਟਿਕਟ ਕਟਾਈ ਵੀ ਜੇ ਇਹ ਸੀਨੀਅਰ ਬੰਦਾ ਤੇ ਜਿਹਦੇ ਵਿੱਚ ਸਾਡੀ ਗੱਲਬਾਤ ਨਹੀਂ ਰਹਿਣੀ। ਟਿਕਟ ਕੱਟਣ ਤੋਂ ਬਾਅਦ ਇਹ MLA ਬਣ ਗਏ। ਦੇਖੋ 20 ਸਾਲ ਦਾ ਅੰਤਰ ਹੈ, 15 ਸਾਲ ਸੇਖੋਂ ਸਾਹਿਬ ਮੰਤਰੀ ਰਹੇ, ਇੱਕ ਵੀ ਨਿਸ਼ਾਨੀ ਜੀਰੇ ਹਲਕੇ ਹੀ ਦੱਸਦਾ ਵੀ ਮੈਂ 15 ਸਾਲਾਂ 'ਚ ਆਹ ਕੰਮ ਕੀਤਾ। ਇਰੀਗੇਸ਼ਨ ਮੰਤਰੀ ਹਮੇਸ਼ਾ ਹੀ ਰਹੇ ਆ, ਵਿੱਚ ਉਹ PWD ਮੰਤਰੀ ਰਹੇ, ਜੇ ਇਰੀਗੇਸ਼ਨ ਮੰਤਰੀ ਰਹੇ ਤਾਂ ਦੱਸਣ ਵੀ ਜੀਰੇ ਦੇ ਵਿੱਚ ਮੈਂ ਆਹ ਨਹਿਰ ਲੰਮੀ ਕਢਾਈ, ਆਹ ਮੈਂ ਖਾਲੇ ਪੱਕੇ ਕਰਾਏ। PWD ਮੰਤਰੀ ਬਣਨ ਤੋਂ ਬਾਅਦ ਦੱਸਣ ਵੀ ਬਈ ਆਹ ਮੈਂ ਜੀਰੇ ਹਲਕੇ ਦੀ ਫੋਟੇ ਸੜਕ ਬਣਾਈ, ਇੱਕ ਨਿਸ਼ਾਨੀ ਦੱਸਦਾ ਵੀ ਜੀਰੇ ਹਲਕੇ 'ਚ ਮੈਂ ਆਹ ਕੰਮ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਪਰ ਉਹਨਾਂ ਨੇ ਤਾਂ ਪੂਰਾ ਦਾਅਵਾ ਕੀਤਾ ਕਿ ਜੇਕਰ ਕੋਈ ਮੇਰੇ ਉੱਤੇ ਇਲਜ਼ਾਮ ਲਾ ਦੇਵੇ, ਕਰਪਸ਼ਨ ਦਾ ਕੋਈ ਇਲਜ਼ਾਮ ਲਾ ਦੇਵੇ ਜਾਂ ਕੋਈ ਕਹਿ ਦੇਵੇ ਕਿ ਮੈਂ ਮੁੱਠ ਰੇਤਾ ਵੀ ਵੇਚੀ ਆ, ਕੋਈ ਇਲਜ਼ਾਮ ਸਾਬਤ ਕਰ ਦੇਵੇ ਤਾਂ ਮੈਂ ਸਿਆਸਤ ਛੱਡ ਦੂੰਗਾ। ਸੇਖੋਂ ਸਾਹਿਬ ਨੇ 3 ਭਾਈ ਹੈ, ਵੱਡੇ ਭਾਈ ਸਰਦਾਰ ਜੈ ਸਿੰਘ ਸੇਖੋਂ ਜਿਹੜੇ ਇਸ ਦੁਨੀਆਂ 'ਚੋਂ ਨਹੀਂ ਰਹੇ, ਉਹ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ। ਛੋਟੇ ਭਾਈ ਇਹਨਾਂ ਦੇ ਸਰਦਾਰ ਬਲਵੰਤ ਸਿੰਘ ਸੇਖੋਂ ਸੀਨੀਅਰ ਐਡਵੋਕੇਟ ਆ, ਵੀ 15 ਸਾਲ ਪਾਵਰ 'ਚ ਰਹੇ ਅਤੇ ਸਾਰੀ ਪ੍ਰੈਕਟਿਸ ਉਹਨਾਂ ਦੀ। ਉਹਨਾਂ ਦੋਨਾਂ ਭਰਾਵਾਂ ਦੀ ਜਾਇਦਾਦ ਇਕੱਠੀ ਕਰ ਲਓ, ਇਸ ਇਨਸਾਨ ਕੋਲ 10 ਗੁਣਾ ਜਾਇਦਾਦ ਆ, 10 ਗੁਣਾ। ਜਿਸ ਬੰਦੇ ਨੇ ਆਪਦਾ ਜੀਵਨ ਨਿਹਾਲ ਸਿੰਘ ਵਾਲਾ ਪਿੰਡ ਹੈ ਇੱਥੇ, ਸਰ ਸੁਖਦੇਵ ਸਿੰਘ ਭੁੱਲਰ ਸਰਦਾਰਾਂ ਦੇ ਪਿੰਡ ਹੈ, ਉੱਥੇ ਸੁਸਾਇਟੀ ਦੇ ਵਿੱਚ ਸੇਲਜ਼ਮੈਨ ਸੁਸਾਇਟੀ ਦਾ ਨਾਟ ਇਸ ਸੈਕਟਰੀ ਸ਼ੁਰੂ ਕੀਤਾ, ਉਹਦੇ ਵਿੱਚ ਡਿਸਮਿਸ ਹੋਇਆ ਸਸਪੈਂਡ ਕਰਪਸ਼ਨ ਦੇ ਵਿੱਚ ਸੇਖੋਂ ਸਾਹਿਬ। ਦੱਸੋ ਇੱਕ ਬੰਦਾ ਆਪਦਾ ਜੀਵਨ ਸ਼ੁਰੂ ਕਰਨ ਤੋਂ ਬਾਅਦ ਇਹ ਤਾਂ ਦੇ ਕਰਪਸ਼ਨ ਹੈ, ਆਹ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ। ਹਜੇ ਪਰਸੋਂ ਹੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਇਰੀਗੇਸ਼ਨ ਸਕੀਮ ਦੇ ਵਿੱਚ 2017 ਦੇ ਵਿੱਚ ਇਹ ਇੱਕ ਠੇਕੇਦਾਰ ਗੁਰਿੰਦਰ ਸਿੰਘ ਭਾਪਾ, ਉਹਦੇ ਵਿੱਚ 2 ਮੰਤਰੀ ਹੈ, ਸ਼ਰਨਜੀਤ ਸਿੰਘ ਢਿੱਲੋਂ ਤੇ ਇਹ ਇਹਨਾਂ ਦੇ PA ਨੇ 50-50 ਲੱਖ ਲਿਆ। ਦੱਸੋ ਜਿਹਦੇ PA 50-50 ਲੱਖ ਇੱਕ ਠੇਕੇਦਾਰ ਤੋਂ ਲੈਂਦੇ ਆ, 4 ਕਰੋੜ ਇਹਦਾ, ਬਾਕੀ 3 IAS ਅਫਸਰ ਹੈ। ਇਹ ਰੋਕੀ ਬੈਠੇ ਸੀ ਕੋਈ ਬੰਦਾ ਉੱਠਿਆ ਭਾਈ, ਉਹਨੇ ਹਾਈ ਕੋਰਟ 'ਚ ਉਹਨੇ ਕਿਹਾ ਭਾਵੇਂ ਤੁਸੀਂ ED ਤੋਂ ਜਾਂਚ ਕਰਾ ਲਓ, ਇਹ ਤਾਂ ਆਉਂਦਾ ਮੈਂ ਦੁੱਧ ਧੋਤਾ ਨਾ, ਆਹ ਇੱਕ ਦੇ ਹੈ, ਇਹ ਦੱਸਣ ਵੀ ਆਹ ਮੇਰਾ ਬਿਜ਼ਨਸ ਚੱਲਦਾ ਵੀ ਮੈਂ ਅੱਜ ਤੱਕ ਇਹ ਇਹਨੂੰ ਆਪਦੇ ਬਾਪ ਦੀ ਜਮ੍ਹਾਂਬੰਦੀ ਦਿਓ ਮੁੱਲਾਪੁਰ ਤੋਂ, ਕਿੰਨੀ ਜਾਇਦਾਦ ਦਾ ਮਾਲਕ ਸੀ, ਜੇ ਕੋਈ ਨੌਕਰੀ ਕਰਦਾ ਤਾਂ ਦੱਸੇ, ਇਹਦੇ ਪਰਿਵਾਰ ਦਾ ਜੀ ਨੌਕਰੀ ਕਰਦਾ ਤਾਂ ਦੱਸੇ, ਇਹ ਫਿਰ ਪੈਸੇ ਕਿੱਥੋਂ ਆਏ? ਮੁੱਲਾਪੁਰ ਤੋਂ।
उठ के आए जो पीए लगे संगण साहब का जेडे सरदार से 2000 किले के मालिक वो तो अच्छ 100 किले के रह गए सियासत ये दसा भी कि सोमा जरा इन्होंने घरें फुटी जाते पैसे निकली आते हैं तो पैसे वादू हो गए कोई बोर किया घरे कोई पुराने खजाना लभ जो खजाना लभे सारे परिवार के अमीर होना चाहिए इस करके झूठ जरा प्रतख न प्रणाम की लड़ नहीं होती हर बंद सेखों साहब के करैक्टर बारे पता साढ़े परिवार के करैक्टर बारे पता वो इतने मैं सुनया से बोलता तो मैं सुखबीर सिंह बादल ने भेजे इतने तो पता होना मेरे बाप सरा हरी सिंह जी जीरा पिछले साल 3 अगस्त को स्वर्ग सधार गए ये मेरे घरे अफसोस कर आया जी 200 बंदा लैके गुरु साहब तक दसो भी ये कब्जा लैन आया जी तो इन्हों की जी सोच सी पहले दिनों अख रखी सी मैं जीरो इलेक्शन लड़ना दसो मेरा बाप इस जिन्हें सारी जिंदगी इस लाती हो आपकी हल्के ਉਹਦੀ ਮੌਤ ਹੋਈ ਹੋਵੇ ਤੇ ਇਹ ਤੇ ਲਾਮਲਾ ਸਿਰ ਇਕੱਠਾ ਕਰਕੇ ਆਉਂਦਾ ਹੈ ਇਹ ਕੋਈ ਇਹ ਬੰਦਿਆਂ ਦਾ ਕੰਮ ਹੁੰਦਾ ਜੀਰੇ ਸਾਹਿਬ ਇੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਕਹਿਣਾ ਕਿ ਜੀਰੇ ਨੂੰ ਅਸੀਂ ਧਰਲੇ ਨਾਲ ਲੀਡਰ ਦਿੱਤਾ ਇੱਕ ਕਿਵੇਂ ਦੇਖਦੇ ਹੋ ਕਿੰਨਾ ਧਰਲੇ ਦਾ ਲੀਡਰ ਆ ਧਰਲੇਦਾਰ ਤਾਂ ਐਡਾ ਹੈ ਵੀ ਪਹਿਲਾਂ ਤਾਂ ਜਿਹੜੇ ਬੰਦੇ ਨੇ ਰਾਸ ਦੇ ਵਿੱਚ ਤੁਰਨਾ ਸਿਖਾਇਆ ਸਰਦਾਰ ਗੁਰਦਾਸ ਸਿੰਘ ਬਾਦਲ ਨੇ ਜਦੋਂ ਸਾਹਿਬ ਮਨਪ੍ਰੀਤ ਸਿੰਘ ਬਾਦਲ ਅੱਡ ਹੋਇਆ ਇਹ ਸਾਰੀ ਉਂਗਲ ਇਹਨਾਂ ਦੀ ਸੀ ਕਿਉਂਕਿ ਦੇਣ ਇਹਨਾਂ ਦੀ ਪ੍ਰੋਡਕਸ਼ਨ ਦਾਸ ਬਾਦਲ ਦੀ ਸੀ ਨਾ ਤੇ ਤੂੰ ਚੱਲ ਅਸਤੀਫਾ ਦਿੰਦੇ ਇਹਨੂੰ ਉਸ ਵੇਲੇ ਉਹਦੇ ਨਾਲ ਮਨਪ੍ਰੀਤ ਸਿੰਘ ਬਾਦਲ ਨਾਲ ਗਦਾਰੀ ਕੀਤੀ ਗਦਾਰੀ ਕਰਕੇ ਉਹਨੇ ਗੁੱਸੇ ਮੌੜ ਇਲੈਕਸ਼ਨ ਲੜਿਆ ਸੀ ਜਾ ਕੇ ਮੌੜ ਇਲੈਕਸ਼ਨ ਲੜ ਕੇ ਇਹ ਆਹਦਾ ਮੈਂ ਕੰਮ ਬੜੇ ਕਰਦਾ ਤੇ ਫਿਰ ਉਹ ਭੱਜਿਆ ਕਿਉਂ एक टेंपू वाले इन्होंने हराया हो तो भजन की लोड़ सी मौड़ कड़ा पाकिस्तान चला गया गुण तो लड़ नहीं सकता फिर उतों भजया बादल साड़ी मीटिंग हुई उत्थे आता भी अपना भाई तुम आपका इलेक्शन लड़ो कका मैं जो गोडी हाथ लाए भाई साढ़ा बाप नहीं रहा हूँ चाचे तो सा बजुर्ग है आता कोई गल नहीं घबराओ मैं किसी गल ये सरदार साहब आप फिरोजपुर आ गए उ 3-4 महीने लोगों के पाप आ के सरोपे उन्होंने खाचे करके तो मुड़ के जीरे आ गए महाराज सच्चे पातशाह कृपा करे ना तो साडा टब्बर बकाऊ है तो ना ही इन्ना गिरया भी जो गिरे इंसान वोटा पाऊगा जोड़ा बंदा जिदा कोई टिकाणा नहीं जिन्हें अज तक आता मैं धड़लेदार तो आता धड़लेदार हाँ करप्शन जरूर धड़लेदार 15 साल मैं ये गल दा भी नहीं कह सकता कि जिनी करप्शन की इन्हें धड़ले ना बिको जरा ठेकेदार 100 करोड़ रुपया नकदी कढ़ा लिया बैंक जो इन्होंने रिश्वत देने जो कि सरकार के पैसे बैन है जो 100 करोड़ का हवाला हाई कोर्ट च गया तो उन्होंने आ दिता ये भाई यदि जांच करो इन्हें जो वे वे मगरमच्छों फड़ो इस करके पहला तो सारा काम रख के चली गया क्योंकि सारे रहे 75-25 की रेशो ने जादेव जी की सरकार 75 खाँदा तो अपोजिशन 25 खाँदा ये उस हिसाब का काम चली जाता है इन्हां दे पैसे कमाई उन्हां दे विच लै लै दे दिंदे सी बाहर एक कृपा करे इह तां धड़लेदार लीडर है साहिब जे सच्चे पातशाह की कृपा रही थी इस इलैक्शन नहीं लड़ूगा ये मेरा तुहाडा नाल वादा है ਸੇਖੋ ਸਾਹਿਬ ਦਾ ਇਹ ਵੀ ਕਹਿਣਾ ਵਾ ਕਿ ਮੈਂ ਕਾਫੀ ਸਮੇਂ ਤੋਂ ਜੀਰੇ ਦੇ ਵਿੱਚ ਇਲੈਕਸ਼ਨ ਲੜਨ ਦੀ ਸੋਚ ਰਿਹਾ ਹਾਂ ਬੜੇ ਚਿਰ ਤੋਂ ਅੰਦਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਤਾਂ ਨਹੀਂ ਉਹਨਾਂ ਦੀ ਜਿਹੜੇ ਜੀਰੇ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਸੀ ਕਿਉਂ ਜੀਰੇ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਸਨ ਜੀਰੇ 'ਚ ਰਿਹਾ ਕੀ ਦੇਖ ਰਿਹਾ ਸੀ ਉਹਨਾਂ ਨੂੰ ये तो देखो जी वो हर बंदे दी आपकी सोच होंगी जिहड़ा तगड़ा बंदा होंदा ना उहदी सोच होंदी है मैं हर चीज़ ते कब्जा करा जिवें सियाणियां दे जीवे आसा ते मरे निराशा बंदा आस नाल जिउंदा ते इस दुनिया तो नाराज़ हो के जांदा इहनूं कोई कमी ते है नहीं जीरे उहदी अख तां सी भी इत्थे रेता रुता तुहाडे सामने होण वाले भी वेची गए जिहड़े जिले वाले मिथों मैनू छड़ के दूजे सारे बेचते सी तो ही आदा तजर्बा मैं यही कहता कि मैनू कुछ लोग लुको जी तो आता मैं जिहड़ा काम दूजा तो मैं छड्डिया कोई नहीं तो यह मैं भी करना हरी कह हैड भी जिले पैदा तुहाडे सामने 15 सालों के पहले बेनती कर रहा साडा दरिया सारा डुब गया क्योंकि इन्हें अगे जमीना से कब्जा किया पर साडे सारे हल्के ने हरी कहड़ धरना ला के फिर वो फटे चके
साड़ी फसल बचती। इस इंसान ने 15 साल मंत्री रह के जीरे दुख ही दिता, सुख नहीं किया। एक निशानी दस दे कि मैं थोड़े हल्के सपर बनाते हैं, आड़ा नुकसान होना बचाता इरीगेशन का, आ मैं सड़क बनाई है। मैं एग्जाम्पल के तौर पर दस देना, एक साढ़े बिरक वाली जो करम वाली सड़क बनती है, इन्हें उस रोड के उत्ते बिजली घर बनाया। वो कर जी सड़क है वह करम वाले को लैके बिजली घर तीन बनाती है, साढ़े का 1.5 किलोमीटर ही बनाई भी इन्ना हर गदगरा करता रहा। फिर उस तो बाद जिन्या साड़िया नहर इतों निकल दी सारिया के मोगे उच्चे करके पानी पर लिख के तुम पहले भी दस के अड़ा। मेरा बाप एक साल मंत्री बनया, उन्हें सारे हल्के के खाले पक्के किए, ये हल्के भांगर तक नहर जितने रोड से नहर बना के दतिया जिड़े नाल बंदे आते गुरु साहिब तक भी जितने पुलों की लड़ से पुल बना के दते। तो एक साल से 15 साल उन्होंने मंत्रियों को भी इन्ना अख्तियार नहीं होता, फंड भी सीमित होंगे। ये सोच सी साढ़े बाप निशकाम सेवा की है। किसी नूं लुटिया नहीं, किसी नूं कुटिया, क्योंकि साडा परिवार पिछले मेरी जिहड़ी पीढ़ी चलदी चौथी पीढ़ी तों असीं सेवा करदे आ रहे। कोई बंदा नहीं कह सकता भी इन्होंने बंद ने मरले की गरदौरी आपने कराई है। इस थान जमीन पर कब्जा किया, इतने सैकड़े एकड़ जमीन जो दरियावान के असी को साढ़े तो 20 साल बाद पैदा हो गए, 200-400 किले के मालक बन गए, नुक नप गए। तो असी खाली हथ जाना, इन्होंने नाल लैके जाना। इस करके हथ जुड़ के हल्के बेनती करते हैं कि किसी के भी झांसे के नहीं आना। मेरी गलबात चल रही है पार्टियां, चलो महाराज की कृपा की टिकट मिलेगी, ना टिकट मिलू तो मैं जी गल गुरद्वारा साहब कह के आया उस जबान के उत्ते पहरा दूंगा। मैं आपका इलेक्शन का काम है जी 15 अगस्त तो बाद शुरू कर, मेरी फेसबुक भी बंद है, इस करके बंद है भी अच्छ गलत शब्द को कुछ तो मैं 15 अगस्त तो बाद मेरे फादर साहब अगले महीने 3 तरीक पूरे हुए से, मैं उन्होंने साल का इतने भोग पा के बरसी बना के उस तो बाद 15 अगस्त तक लोग झोने बहुत औड़ बहुत रही है, लोग फसे है। इस करके जो साढ़े प्यार रहे लोग है जो अपने चौधरी भजे फिरते उन्होंने कोई फर्क नहीं पैंदा। वोटर अज भी साढ़े नाल है, क्योंकि वोटर साढ़ा जाती प्यार है। ये लोग का भी फरवरी तक रहना तुहाडे सामने आ जड़े दा लड़का आन लगा, ये भी ता ही आन लगा। मैं कहता मुंडा दसो कदे आया, इहदा मुंडा 15 साल दसो कदे मौड़ गया कदे फिरोजपुर आया। ये मेरी हिम्मती है तो ये फरवरी तो बाद ना सिखों ने लभना ना अच्छे मुंडे ने लभना। इतने वर्ग के किन्ने भोग पैंते हुण इहदा मास्टर रखा गुरनाम सिंह झूठ मारन भी सिखों साहब की जरूरी मीटिंग है, वो चंडीगढ़ चले गए जी। इतने भी वो किसी ने साडा प्यार है, महाराज कृपा करे ये जिवें आया बरंग लफाफे वापस जाऊगा। जिन्नियां मर्जी गड्डियां 100 लै आवे, चाहे नाल बाउंसर दी गड्डियां 4 होर भर ले, जिहड़ी वोट पाउणी उह आपदी उंगल बटन दबना है, आपदी जमीर उत्ते पाउणी है। महाराज कृपा करे सच्चे पातशाह हमेशा जित जिहड़ी सच्चाई दी होई है ते सच दी जित होई। वाहिगुरु जी का खालसा वाहिगुरू जी। अवतार सिंह जीरा जी इन्होंने कहा कि अपने स्टैंड के उत्ते पूरे खड़े हुए हैं इलेक्शन लड़ांगे, ते की हुंदा उन्होंने समय दे विच असीं तुहानूं नाल नाल जो भी समीकरण होंगे वो दिखाउंदे रहांगे। ते जो भी सवाल सानूं तुहाडे जो तुसीं सवाल सानूं भेज सकदे हो तां सर जी तुहाडे कमल जी सिंह मरहाणा।